ਜਸਬੀਰ ਭੁੱਲਰ ਦਾ ਨਾਵਲ ਛਿੱਟ ਛਿੱਟ ਦੇ ਤਰਿਹਾਏ ਤੀਸਰਾ ਅੰਕ। ਮਨ ਦੀ ਤੇਹ ਦਾ ਪਰਛਾਵਾਂ ਨਾਰ ਸਿੰਘ ਦੇ ਚਿਹਰੇ ਉੱਤੇ ਠਹਿਰਿਆ ਹੋਇਆ ਸੀ। ਉਹ ਤੇਹ ਗੁਆਚੇ ਹੋਏ ਪਿਆਰ ਦੀ ਸੀ। ਸਤਵੰਤ ਕੌਰ ਦੀ ਮੌਤ ਤੋਂ ਪਿੱਛੋਂ ਪ੍ਰੇਮਿਕਾ ਮੁੜ ਉਹਦੇ ਅੰਦਰਲੇ ਖਿਲਾਅ ਵਿੱਚ ਆ ਕੇ ਬੈਠ ਗਈ। ਉਹ ਬੀਤੇ ਦੀ ਬੌਲੀ 'ਚ ਜਦੋਂ ਵੀ ਉਤਰਦਾ ਪ੍ਰੇਮਿਕਾ ਉੱਥੇ ਨਹਾ ਰਹੀ ਹੁੰਦੀ। ਉਹਦੇ ਨੈਣ ਨਕਸ਼ ਹੋਰ ਵੀ ਨਿਖਰੇ ਨਿਖਰੇ ਦਿਸਦੇ। ਨਾਰ ਸਿੰਘ ਦੇ ਮਨ 'ਚ ਆਇਆ ਉਹ ਆਪਣੇ ਪਿਆਰ ਦੀ ਕਹਾਣੀ ਲਿਖੇ, ਉਹ ਕਹਾਣੀ ਨੂੰ ਵਾਰ ਵਾਰ ਪੜ੍ਹੇ ਅਤੇ ਮੁੜ ਮੁੜ ਜਿਉਂ ਲਵੇ। ਉਹ ਕਹਾਣੀ ਉਸ ਸਮੇਂ ਦੇ ਉਹਲੇ 'ਚ ਵਾਪਰੀ ਸੀ ਅਤੇ ਉਸ ਵੇਲੇ ਦੇ ਨੱਕ ਨਮੂਜ਼ਾਂ ਵਿੱਚ ਦਫਨ ਹੋ ਗਈ ਸੀ। ਉਹ ਸ਼ਬਦਾਂ ਨਾਲ ਆਪਣੀ ਪ੍ਰੇਮਿਕਾ ਨੂੰ ਜਿਉਂਦਿਆਂ ਕਰ ਸਕਦਾ ਸੀ। ਨਾਰ ਸਿੰਘ ਪੜ੍ਹਾਈ ਤੋਂ ਵਾਂਝਾ ਰਿਹਾ ਸੀ, ਪਰ ਪੜ੍ਹਨ ਲਿਖਣ ਜੋਗੀ ਪੰਜਾਬੀ ਉਹਨੂੰ ਆਉਂਦੀ ਸੀ। ਉੱਠ ਕੇ ਤਿਆਰ ਹੋਇਆ, ਲਾਇਲਪੁਰ ਨੂੰ ਰਵਾਨਾ ਹੋ ਗਿਆ। ਲਾਇਲਪੁਰ ਨੇੜਲਾ ਸ਼ਹਿਰ ਸੀ, ਉਹ ਅਕਸਰ ਉਹ ਸ਼ਹਿਰ ਜਾਣ ਦੇ ਬਹਾਨੇ ਲੱਭਦਾ ਸੀ। ਉਹਨੂੰ ਲੱਗਦਾ ਸੀ ਉਹ ਖਲੋਤੀ ਹੋਈ ਹਵਾ 'ਚ ਜਿਉਂ ਰਿਹਾ ਸੀ। ਲਾਇਲਪੁਰ ਜਾ ਕੇ ਉਹ ਆਪਣੇ ਉੱਧਰੇ ਮਨ ਨੂੰ ਵਰਚਾ ਹੁੰਦਾ ਸੀ। ਉੱਥੇ ਫਿਲਮ ਵੇਖਣੀ ਉਹਦੇ ਜ਼ਰੂਰੀ ਕੰਮਾਂ 'ਚ ਸ਼ਾਮਲ ਹੁੰਦੀ ਸੀ। ਉਹਨੇ ਕਿਸੇ ਨੂੰ ਵਕਤ ਪੁੱਛਿਆ, ਫਿਲਮ ਸ਼ੁਰੂ ਹੋਣ 'ਚ ਅਜੇ ਇੱਕ ਘੰਟਾ ਬਾਕੀ ਸੀ। ਰਾਹ ਪੁੱਛ ਕੇ ਉਹ ਨੇੜਲੇ ਥੀਏਟਰ ਵੱਲ ਤੁਰ ਪਿਆ। ਟਿਕਟ ਖਿੜਕੀ 'ਤੇ ਭੀੜ ਸੀ, ਟਿਕਟ ਲੈਣ ਦੀ ਕਾਹਲੀ 'ਚ ਧੱਕਾ ਮੁੱਕੀ ਚੱਲ ਰਹੀ ਸੀ। ਨਾਰ ਸਿੰਘ ਵੀ ਉਸ ਭੀੜ 'ਚ ਸ਼ਾਮਲ ਹੋ ਗਿਆ। ਫਿਲਮ ਸ਼ੀਰੀ ਫਰਿਹਾਦ ਦੀ ਪ੍ਰੇਮ ਕਹਾਣੀ ਸੀ। ਉਹ ਇੱਕ ਦੂਜੇ ਦੀ ਤਾਂਘ 'ਚ ਜੀਏ ਅਤੇ ਮਰ ਗਏ। ਉਹ ਵਿਛੜ ਕੇ ਵੀ ਵਿਛੜੇ ਨਹੀਂ ਸੀ। ਫਿਲਮ ਦੇ ਅੰਤ ਵਿੱਚ ਪ੍ਰੇਮੀਆਂ ਦੀਆਂ ਆਤਮਾਵਾਂ ਇਕੱਠੀਆਂ ਹੀ ਅਸਮਾਨ ਵੱਲ ਜਾਂਦੀਆਂ ਵਿਖਾਈਆਂ ਗਈਆਂ ਸੀ। ਫਿਲਮ ਵੇਖ ਕੇ ਨਾਰ ਸਿੰਘ ਆਪਣੇ ਲਈ ਉਦਾਸ ਹੋ ਗਿਆ। ਫਿਲਮ ਮੁੱਕੀ ਤਾਂ ਉਹ ਦੁਨਿਆਵੀ ਬੰਦਾ ਹੋ ਗਿਆ। ਉਹਨੇ ਅਗਲੀ ਫਸਲ ਲਈ ਬੀਜ ਖਰੀਦਿਆ, ਚੁੱਲ੍ਹੇ ਚੌਂਕੇ ਦੀਆਂ ਲੋੜਾਂ ਦਾ ਸਮਾਨ ਮੁੱਲ ਲਿਆ ਅਤੇ ਅੰਤ ਵਿੱਚ ਉਹ ਆਪਣੇ ਪਿਆਰ ਦੀ ਕਹਾਣੀ ਲਿਖਣ ਲਈ ਕਾਪੀਆਂ ਖਰੀਦ ਲਈਆਂ। ਪਿੰਡ ਪਹੁੰਚਦਿਆਂ ਕੁਵੇਲਾ ਹੋ ਚੁੱਕਿਆ ਸੀ। ਨਾਰ ਸਿੰਘ ਨੇ ਅਲਮਾਰੀ ਖੋਲ੍ਹ ਕੇ ਸ਼ਰਾਬ ਵਾਲੀ ਬੋਤਲ ਕੱਢੀ। ਉਹਨੇ ਕੜੇ ਵਾਲੇ ਗਲਾਸ 'ਚ ਸ਼ਰਾਬ ਉਡੇ ਲਈ, ਗਲਾਸ ਨੂੰ ਘੜੇ ਦੇ ਠੰਡੇ ਪਾਣੀ ਨਾਲ ਪੌਣਾ ਭਰ ਲਿਆ। ਉਹਨੇ ਗਲਾਸ ਵਾਲੀ ਸ਼ਰਾਬ ਨਾਲ ਪੋਟਾ ਭਿਉਂ ਕੇ ਜ਼ਮੀਨ ਉੱਤੇ ਛਿੱਟੇ ਮਾਰੇ। ਕੁਦਰਤ ਦੀਆਂ ਸਾਰੀਆਂ ਨੇਮਤਾਂ ਉੱਤੇ ਧਰਤੀ ਦਾ ਪਹਿਲਾ ਹੱਕ ਸੀ। ਧਰਤੀ ਨੂੰ ਭੋਗ ਲਵਾਉਣ ਪਿੱਛੋਂ ਉਹਨੇ ਸ਼ਰਾਬ ਦਾ ਲੰਮਾ ਘੁੱਟ ਭਰਿਆ ਅਤੇ ਅੱਖਾਂ ਮੀਟ ਲਈਆਂ। ਉਸ ਸ਼ਾਮ ਉਹ ਬਹੁਤ ਥੱਕ ਗਿਆ ਸੀ। ਅੰਗ ਚੌਥਾ। ਦਿਨ ਨਿਖਰਿਆ ਹੋਇਆ ਸੀ। ਨਾਰ ਸਿੰਘ ਨੇ ਝੋਲੇ 'ਚੋਂ ਕਾਪੀਆਂ ਕੱਢ ਕੇ ਮੰਜੇ 'ਤੇ ਰੱਖ ਲਈਆਂ। ਅੱਜ ਤੋਂ ਉਹਨੇ ਆਪਣੀ ਪ੍ਰੇਮ ਕਹਾਣੀ ਲਿਖਣੀ ਸ਼ੁਰੂ ਕਰਨੀ ਸੀ। ਉਹਨੇ ਅੱਖੀ ਪਲਾਹੀ ਹੱਥ ਮਾਰਿਆ, ਅਲਮਾਰੀ ਫਰੋਲੀ, ਪਰ ਉਹਦੇ ਕੋਲ ਨਾ ਕਲਮ ਸੀ ਨਾ ਸਿਆਹੀ। ਉਹਨੇ ਮਹਿੰਦਰ ਦਾ ਬਸਤਾ ਫਰੋਲ ਲਿਆ। ਨਾਰ ਸਿੰਘ ਦੇ ਮਨ 'ਚ ਪਤਾ ਨਹੀਂ ਕੀ ਆਈ, ਉਹਨੇ ਮਹਿੰਦਰ ਦੀ ਕਾਪੀ ਖੋਲ੍ਹ ਲਈ। ਮਹਿੰਦਰ ਨੇ ਕਾਪੀ ਦੇ ਸਫ਼ਿਆਂ 'ਤੇ ਭਾਂਤ ਭਾਂਤ ਦੀਆਂ ਤਸਵੀਰਾਂ ਬਣਾਈਆਂ ਸੀ। ਉਹਨੇ ਦੂਜੀ ਕਾਪੀ ਖੋਲ੍ਹੀ, ਉਸ ਕਾਪੀ ਦੇ ਪਿਛਲੇ ਸਫ਼ੇ ਦੀ ਤਸਵੀਰਾਂ ਵਾਲੇ ਸਨ। ਉਹਦੀਆਂ ਕਾਪੀਆਂ 'ਚ ਹੋਰ ਹੀ ਦੁਨੀਆ ਵਸੀ ਹੋਈ ਸੀ। ਨਾਰ ਸਿੰਘ ਨੂੰ ਲੱਗਾ ਉਹ ਦੁਨੀਆ ਜਿਉਂਦੀ ਸੀ, ਸਾਹ ਲੈ ਰਹੀ ਸੀ। ਆਪਣੀ ਮਰਜ਼ੀ ਦਾ ਜਿਉਣਾ ਨਾਰ ਸਿੰਘ ਨੂੰ ਸ਼ਾਇਦ ਮਹਿੰਦਰ ਵਿੱਚੋਂ ਦਿਸ ਪਿਆ ਸੀ। ਉਹ ਵੀ ਕੁਝ ਉਸੇ ਤਰ੍ਹਾਂ ਹੀ ਜਿਉਣਾ ਚਾਹੁੰਦਾ ਸੀ, ਆਪਣੀ ਮਰਜ਼ੀ ਵਰਗਾ। ਉਹਨੂੰ ਮਹਿੰਦਰ ਉੱਤੇ ਪਿਆਰ ਆਇਆ। ਲਾਇਲਪੁਰ ਤੋਂ ਲਿਆਂਦੀਆਂ ਹੋਈਆਂ ਕਾਪੀਆਂ ਉਹਨੇ ਮੰਜੇ ਤੋਂ ਚੁੱਕੀਆਂ ਅਤੇ ਮਹਿੰਦਰ ਦੇ ਬਸਤੇ 'ਚ ਰੱਖ ਦਿੱਤੀਆਂ। ਮਹਿੰਦਰ ਵੱਗ ਚਾਰ ਕੇ ਮੁੜਿਆ। ਉਹਨੇ ਡੰਗਰਾਂ ਨੂੰ ਖੁਰਲੀਆਂ ਉੱਤੇ ਬੰਨ੍ਹ ਦਿੱਤਾ। ਪਾਣੀ ਪੀ ਕੇ ਉਹਨੇ ਮੰਜਾ ਡਾਹਿਆ। ਸਕੂਲ ਦਾ ਕੰਮ ਮੁਕਾਉਣ ਲਈ ਉਹਨੇ ਬਸਤਾ ਚੁੱਕਿਆ। ਉਹਨੂੰ ਬਸਤਾ ਕੁਝ ਭਾਰਾ ਜਾਪਿਆ। ਅੰਬੋ ਨੇ ਦੱਸਿਆ, ਮਹਿੰਦਰ ਵੀਰੇ, ਬਾਪੂ ਜੀ ਨੇ ਫਰੋਲਿਆ ਸੀ ਤੇਰਾ ਬਸਤਾ। ਮਹਿੰਦਰ ਨੇ ਬਸਤਾ ਖੋਲ੍ਹ ਕੇ ਵੇਖਿਆ, ਬਸਤੇ 'ਚ ਕੁਝ ਨਵੀਆਂ ਕਾਪੀਆਂ ਪਈਆਂ ਸੀ। ਮਹਿੰਦਰ ਨੂੰ ਪਤਾ ਸੀ ਬਾਪੂ ਚੁੱਪ ਜਿਹਾ ਪਿਆਰ ਕਰਦਾ ਸੀ ਆਪਣੇ ਬੱਚਿਆਂ ਨੂੰ। ਗਰਮੀ ਦਾ ਸਿਖਰ ਸੀ। ਨਾਰ ਸਿੰਘ ਨੂੰ ਦਿਨ ਭਰ ਦੇ ਕੰਮ ਨੇ ਬੁੰਦਲਾਇਆ ਹੋਇਆ ਸੀ। ਉਹ ਪਰਨਾ ਲੈ ਕੇ ਖੂਹੀ 'ਤੇ ਨਹਾਉਣ ਗਿਆ ਹੋਇਆ ਸੀ। ਮਹਿੰਦਰ ਨੇ ਉੱਠ ਕੇ ਵਿਹੜੇ 'ਚ ਪਾਣੀ ਤਰੌਂਕਿਆ, ਝਾੜੂ ਦਿੱਤਾ, ਕੰਧ ਦੇ ਨਾਲ ਖੜ੍ਹਾ ਕੀਤਾ ਹੋਇਆ ਮੰਜਾ ਡਾਹ ਦਿੱਤਾ।
ਉਹਨੇ ਅੰਦਰੋਂ ਤਪਾਈ ਲਿਆ ਕੇ ਮੰਜੇ ਦੇ ਨੇੜੇ ਰੱਖ ਦਿੱਤੀ। ਚੌਂਕੇ 'ਚ ਜਾ ਕੇ ਮਹਿੰਦਰ ਨੇ ਮੁੱਕੀ ਨਾਲ ਗੰਢਾ ਭੰਨਿਆ, ਕੌਲੀ 'ਚ ਰੱਖਿਆ ਅਤੇ ਨਾਲ ਇੱਕ ਫਾੜੀ ਅਚਾਰ ਦੀ ਰੱਖ ਦਿੱਤੀ। ਕੌਲੀ ਤਪਾਈ 'ਤੇ ਰੱਖ ਕੇ ਉਹ ਸਕੂਲ ਦਾ ਕੰਮ ਕਰਨ ਬੈਠ ਗਿਆ। ਬਾਪੂ ਦੇ ਪਿਆਰ ਦਾ ਜਵਾਬ ਮਹਿੰਦਰ ਨੂੰ ਦੇਣਾ ਹੁੰਦਾ ਸੀ। ਨਾਰ ਸਿੰਘ ਨਹਾ ਕੇ ਮੁੜਿਆ ਤਾਂ ਵਿਹੜੇ 'ਚ ਸ਼ਾਮ ਦਾ ਰੌਂ ਖਿੜਿਆ ਹੋਇਆ ਸੀ। ਇੱਕ ਅੱਧਾ ਹਾੜਾ ਲੈਣ ਪਿੱਛੋਂ ਨਾਰ ਸਿੰਘ ਨੂੰ ਹਵਾ ਵਿੱਚ ਵੀ ਸਰੂਰ ਘੁਲਿਆ ਜਿਹਾ ਮਹਿਸੂਸ ਹੋਇਆ। ਉਹਨੇ ਹਾਕ ਮਾਰ ਕੇ ਮਹਿੰਦਰ ਨੂੰ ਆਪਣੇ ਕੋਲ ਬੁਲਾ ਲਿਆ। ਪੁੱਤ ਦੇ ਉੱਤੋਂ ਦੀ ਬਾਂਹ ਬੁਲਾ ਕੇ ਉਸ ਆਖਿਆ, ਮਹਿੰਦਰ ਪੁੱਤ, ਤੂੰ ਕਿਸੇ ਉਸਤਾਦ ਕੋਲੋਂ ਤਸਵੀਰਾਂ ਬਣਾਉਣੀਆਂ ਸਿੱਖ, ਤੇਰਾ ਹੱਥ ਹੋਰ ਸਾਫ਼ ਹੋ ਜਾਊ। ਗੱਲ ਆਈ ਗਈ ਹੋ ਗਈ। ਆਪਣੀ ਜ਼ਿੰਦਗੀ ਦੀ ਦਸਤਾਵੇਜ਼ ਦੀ ਇਬਾਰਤ ਲਈ ਨਾਰ ਸਿੰਘ ਲਾਇਲਪੁਰ ਤੋਂ ਮੁੜ ਕਾਪੀਆਂ ਖਰੀਦ ਕੇ ਲੈ ਆਇਆ। ਉਹ ਚਿੱਟੇ ਕਾਗਜ਼ਾਂ ਉੱਤੇ ਜ਼ਿੰਦਗੀ ਦੀ ਘਸਮੈਲੀ ਇਬਾਰਤ ਲਿਖਣ ਲੱਗ ਪਿਆ। ਮਹਿੰਦਰ ਨੇ 7ਵੀਂ ਜਮਾਤ ਦਾ ਸਾਲਾਨਾ ਇਮਤਿਹਾਨ ਦੇ ਦਿੱਤਾ ਅਤੇ ਫਿਰ ਲੰਮੀਆਂ ਛੁੱਟੀਆਂ ਸ਼ੁਰੂ ਹੋ ਗਈਆਂ। ਉਪਰਾਮ ਜਿਹੇ ਦਿਨ ਇੱਕ ਇੱਕ ਕਰਕੇ ਬੀਤਣ ਲੱਗੇ। ਇੱਕ ਸ਼ਾਮ ਮਹਿੰਦਰ ਨੂੰ ਕੋਲ ਬਿਠਾ ਕੇ ਨਾਰ ਸਿੰਘ ਨੇ ਪੁੱਛਿਆ, ਅਜੇ ਵੀ ਮੂਰਤਾਂ ਬਣਾਉਂਦਾ? ਹਾਂ ਬਾਪੂ ਜੀ, ਵਿਖਾਵਾਂ? ਨਹੀਂ, ਤੂੰ ਇਸ ਤਰ੍ਹਾਂ ਕਰੀ, ਭਲਕੇ ਤੜਕੇ ਤਿਆਰ ਹੋ ਜਾਈ, ਆਪਾਂ ਸ਼ਹਿਰ ਜਾਣਾ ਹੈ। ਉੱਥੋਂ ਕੋਈ ਉਸਤਾਦ ਲੱਭਾਂਗੇ ਜਿਹੜਾ ਤੈਨੂੰ ਸ਼ਾਗਿਰਦ ਬਣਾ ਲਏ ਅਤੇ ਕਲਾ ਦੇ ਪੂਰੇ ਗੁਰ ਸਿਖਾ ਦੇ। ਅਗਲੀ ਸਵੇਰ ਮਹਿੰਦਰ ਨੂੰ ਸਾਈਕਲ 'ਤੇ ਬਿਠਾ ਕੇ ਨਾਰ ਸਿੰਘ ਲਾਇਲਪੁਰ ਲੈ ਗਿਆ। ਉੱਥੇ ਗਲੀਆਂ ਬਾਜ਼ਾਰਾਂ 'ਚ ਘੁੰਮਦਿਆਂ ਉਹਨਾਂ ਨੂੰ ਇੱਕ ਪੇਂਟਰ ਦੀ ਦੁਕਾਨ ਲੱਗ ਪਈ। ਉਹ ਦੁਕਾਨ ਦੇ ਮੱਥੇ ਉੱਤੇ ਇੱਕ ਬੋਰਡ ਲਟਕ ਰਿਹਾ ਸੀ, ਉਸ 'ਤੇ ਲਿਖਿਆ ਸੀ ਪੇਂਟਰ ਐਂਡ ਆਰਟਿਸਟ। ਨਾਰ ਸਿੰਘ ਨੇ ਉਸ ਦੁਕਾਨ ਦੇ ਮਾਲਕ ਨਾਲ ਗੱਲ ਕੀਤੀ ਅਤੇ ਮਹਿੰਦਰ ਨੂੰ ਸ਼ਾਗਿਰਦ ਰਖਵਾ ਦਿੱਤਾ। ਉਸ ਦੁਕਾਨ ਦੇ ਨੇੜੇ ਇੱਕ ਢਾਬਾ ਸੀ। ਨਾਰ ਸਿੰਘ ਨੇ ਢਾਬੇ ਵਾਲੇ ਕੋਲ ਕੁਝ ਰੁਪਏ ਜਮ੍ਹਾਂ ਕਰਾਏ ਅਤੇ ਮਹਿੰਦਰ ਦੇ ਨਾਂ ਦਾ ਖਾਤਾ ਖੁਲਵਾ ਦਿੱਤਾ। ਸਾਰੇ ਪ੍ਰਬੰਧ ਹੋ ਜਾਣ ਪਿੱਛੋਂ ਨਾਰ ਸਿੰਘ ਨੇ ਮਹਿੰਦਰ ਦਾ ਮੋਢਾ ਥਾਪੜਿਆ, ਹੁਣ ਜੀ ਲਾ ਕੇ ਰਵੀਂ ਅਤੇ ਦਿਲ ਨਾਲ ਕੰਮ ਸਿੱਖੀ। ਉਹ ਸਾਈਕਲ 'ਤੇ ਚੜ੍ਹ ਕੇ ਪੈਡਲ ਮਾਰਦਾ ਉੱਥੋਂ ਚਲਾ ਗਿਆ। ਮਹਿੰਦਰ ਕੁਛ ਦੇਰ ਤੱਕ ਖਾਲੀ ਸੜਕ ਨੂੰ ਵੇਖਦਾ ਰਿਹਾ, ਫਿਰ ਪਰਤ ਕੇ ਦੁਕਾਨ ਅੰਦਰ ਚਲਾ ਗਿਆ। ਉਹ ਪੇਂਟਰ ਐਂਡ ਆਰਟਿਸਟ ਮਹਿੰਦਰ ਦਾ ਉਸਤਾਦ ਬਣ ਕੇ ਬਹੁਤ ਖੁਸ਼ ਸੀ। ਉਹਨੂੰ ਮੁਫਤ ਦਾ ਨੌਕਰ ਮਿਲ ਗਿਆ ਸੀ। ਉਹ ਮਹਿੰਦਰ ਕੋਲੋਂ ਨੌਕਰਾਂ ਵਾਲੇ ਸਾਰੇ ਕੰਮ ਕਰਾਉਂਦਾ। ਮਹਿੰਦਰ ਫੱਟੇ ਸਾਫ਼ ਕਰਦਾ, ਫੱਟਿਆਂ 'ਤੇ ਰੇਗ ਮਾਰ ਮਾਰਦਾ, ਪੇਂਟ ਨਾਲ ਲਿਬੜੇ ਹੋਏ ਬੁਰਸ਼ ਧੋਂਦਾ। ਦੁਪਹਿਰ ਵੇਲੇ ਪੇਂਟਰ ਦੇ ਘਰੋਂ ਉਹਦੇ ਲਈ ਰੋਟੀ ਲੈਣ ਚਲਾ ਜਾਂਦਾ। ਮਹਿੰਦਰ ਨੇ ਪੇਂਟਰ ਨੂੰ ਕਦੀ ਤਸਵੀਰ ਬਣਾਉਂਦਿਆਂ ਨਹੀਂ ਸੀ ਵੇਖਿਆ। ਉਹ ਫਿਰ ਵੀ ਉਸ ਦਿਨ ਦੀ ਉਡੀਕ 'ਚ ਸੀ ਜਦੋਂ ਉਸਤਾਦ ਉਹਨੂੰ ਤਸਵੀਰ ਬਣਾਉਣ ਦੀ ਜਾਂਚ ਦੱਸੂ। ਦੁਕਾਨ ਬੰਦ ਹੋਣ ਪਿੱਛੋਂ ਮਹਿੰਦਰ ਦੁਕਾਨ ਦੇ ਫੱਟੇ 'ਤੇ ਆਸਣ ਜਮਾ ਲੈਂਦਾ ਸੀ। ਭੁੱਖ ਲੱਗਦੀ ਤਾਂ ਉੱਠ ਕੇ ਢਾਬੇ ਤੋਂ ਰੋਟੀ ਖਾ ਆਉਂਦਾ, ਜਦੋਂ ਨੀਂਦ ਆਉਂਦੀ ਤਾਂ ਦੁਕਾਨ ਦੇ ਉਸੇ ਫੱਟੇ 'ਤੇ ਚਾਦਰ ਤਾਣ ਕੇ ਸੌਂ ਜਾਂਦਾ। ਇੱਕ ਰਾਤ ਉਹਦੇ ਉੱਤੋਂ ਕੋਈ ਚਾਦਰ ਲਾ ਕੇ ਲੈ ਗਿਆ। ਨਵੀਂ ਚਾਦਰ ਕਿੱਥੋਂ ਆਵੇ? ਉਸ ਰਾਤ ਤੋਂ ਪਿੱਛੋਂ ਉਹ ਹਰ ਰਾਤ ਗੁੱਛਾ ਮੁੱਛਾ ਹੋ ਕੇ ਫੱਟੇ 'ਤੇ ਸੌਂ ਜਾਂਦਾ। ਉਸ ਕੋਲ ਹੋਰ ਕੁਝ ਵੀ ਇਹੋ ਜਿਹਾ ਨਹੀਂ ਸੀ ਜਿਹੜਾ ਚੋਰੀ ਹੋ ਜਾਂਦਾ। ਦੁਕਾਨ ਦੀ ਛੁੱਟੀ ਦਾ ਦਿਨ ਮਹਿੰਦਰ ਦੀ ਮੌਜ ਦਾ ਦਿਨ ਸੀ। ਉਸ ਦਿਨ ਉਹ ਦੁਕਾਨ ਦੇ ਫੱਟੇ ਉੱਤੇ ਬੈਠਾ ਤਸਵੀਰਾਂ ਬਣਾਉਂਦਾ ਰਹਿੰਦਾ ਸੀ। ਉਹਨੂੰ ਟੋਕਣ ਅਤੇ ਝਿੜਕਣ ਵਾਲਾ ਉਸਤਾਦ ਉਸ ਦਿਨ ਉੱਥੇ ਨਹੀਂ ਸੀ ਹੁੰਦਾ। ਵਿਹਲ ਦੇ ਉਸ ਦਿਨ ਵੀ ਮਹਿੰਦਰ ਮੂਰਤਾਂ ਬਣਾਉਣ 'ਚ ਮਗਨ ਸੀ। ਸੜਕੋਂ ਪਾਰ ਇੱਕ ਮਕਾਨ ਦੀ ਖਿੜਕੀ 'ਚੋਂ ਕੋਈ ਉਹਨੂੰ ਵੇਖ ਰਿਹਾ ਸੀ। ਉਹ ਹਰ ਰੋਜ਼ ਹੀ ਮਹਿੰਦਰ ਨੂੰ ਵੇਖਦਾ ਸੀ। ਉਹ ਹੈਰਾਨ ਹੁੰਦਾ ਸੀ ਕਿ ਨਿਆਣਾ ਮੁੰਡਾ ਇਕੱਲ ਵੇਲੇ ਕਾਪੀ 'ਚ ਕੀ ਬਣਾਉਂਦਾ ਸੀ। ਉਸ ਦਿਨ ਉਹ ਚੁਬਾਰੇ ਦੀਆਂ ਪੌੜੀਆਂ ਉੱਤਰ ਆਇਆ। ਉਹਨੇ ਸੜਕ ਟੱਪੀ 'ਤੇ ਆ ਕੇ ਮਹਿੰਦਰ ਕੋਲ ਖਲੋ ਗਿਆ। ਮਹਿੰਦਰ ਦਾ ਕਲਮ ਵਾਲਾ ਹੱਥ ਰੁਕ ਗਿਆ। ਉਹਨੇ ਉੱਪਰ ਦੇਖਿਆ। ਮੈਂ ਉਸ ਚੁਬਾਰੇ ਵਾਲੇ ਘਰ ਰਹਿੰਦਾ ਵਾਂ, ਅਜਨਬੀ ਨੇ ਹੱਥ ਦੇ ਇਸ਼ਾਰੇ ਨਾਲ ਦੱਸਿਆ। ਮਹਿੰਦਰ ਨੇ ਸਿਰ ਹਿਲਾਇਆ। ਤੂੰ ਇੱਥੇ ਕੀ ਕਰਦਾ? ਮੈਂ ਉਸਤਾਦ ਕੋਲੋਂ ਮੂਰਤੀਆਂ ਬਣਾਉਣੀਆਂ ਸਿੱਖਣ ਆਇਆ ਵਾਂ, ਮਹਿੰਦਰ ਨੇ ਭੋਲੇ ਭਾਅ ਦੱਸਿਆ। ਉਹ ਉੱਪਰਾ ਬੰਦਾ 18-19 ਵਰ੍ਹਿਆਂ ਦਾ ਮਸ ਫੁੱਟ ਗੱਭਰੂ ਸੀ। ਉਸ ਕਿਹਾ, ਮੇਰਾ ਨਾਂ ਅਨੂਪ ਸੋਢੀ ਹੈ, ਤੇਰਾ ਨਾਂ ਕੀ ਹੈ? ਮਹਿੰਦਰ। ਅਨੂਪ ਸੋਢੀ ਨੇ ਉਹਦੇ ਹੱਥੋਂ ਕਾਪੀ ਫੜ ਲਈ।
ਲਿਆ, ਮੈਂ ਵੀ ਵੇਖਾਂ ਕਿ ਉਹਦੀਆਂ ਤਸਵੀਰਾਂ ਬਣਾਉਣਾ ਹੈ ਤੂੰ। ਅਨੂਪ ਸੋਢੀ ਨੇ ਉਸ ਕਾਪੀ ਦੇ ਪਹਿਲੇ ਕੁਝ ਸਫ਼ੇ ਉਹ ਥੱਲੇ ਅਤੇ ਫਿਰ ਉਹ ਮਹਿੰਦਰ ਦੇ ਕੋਲ ਹੀ ਦੁਕਾਨ ਦੇ ਫੱਟੇ 'ਤੇ ਬੈਠ ਗਿਆ। ਉਹਨੇ ਉਸ ਕਾਪੀ ਦੀ ਇਕੱਲੀ ਇਕੱਲੀ ਤਸਵੀਰ ਵੇਖੀ, ਹੈਰਾਨ ਵੀ ਹੋਇਆ ਅਤੇ ਖੁਸ਼ ਵੀ। ਮਹਿੰਦਰ ਦੀਆਂ ਵਾਹੀਆਂ ਹੋਈਆਂ ਲਕੀਰਾਂ ਉਹਲੇ ਅਨੂਪ ਸੋਢੀ ਨੂੰ ਇੱਕ ਪ੍ਰਤਿਭਾਵਾਨ ਚਿੱਤਰਕਾਰ ਬੈਠਾ ਹੋਇਆ ਦਿਸਿਆ। ਉਸ ਆਪਣੱਤ ਨਾਲ ਕਿਹਾ, ਮਹਿੰਦਰ ਤੇਰੇ ਵਾਂਗੂ ਮੈਂ ਵੀ ਤਸਵੀਰਾਂ ਵਾਹੁੰਦਾ ਹੁੰਦਾ। ਸੱਚੀ? ਹਾਂ, ਤੂੰ ਮੇਰੇ ਨਾਲ ਆ, ਆਪੇ ਵੇਖ ਲਈ। ਮੇਰੇ ਘਰ ਕੰਧਾਂ ਉੱਤੇ ਲੱਗੀਆਂ ਹੋਈਆਂ ਨੇ ਸਾਰੀਆਂ ਤਸਵੀਰਾਂ। ਮਹਿੰਦਰ ਉਹਦੇ ਨਾਲ ਤੁਰ ਪਿਆ। ਉਹਨੇ ਅਨੂਪ ਸੋਢੀ ਦੇ ਘਰ ਅੰਦਰ ਪੈਰ ਧਰਿਆ ਤਾਂ ਕੰਧਾਂ 'ਤੇ ਲਟਕ ਰਹੇ ਚਿੱਤਰਾਂ ਦੇ ਤਲਿਸਮ 'ਚ ਘਿਰ ਗਿਆ। ਕਿਸੇ ਚਿੱਤਰਕਾਰ ਦੇ ਬਣਾਏ ਹੋਏ ਚਿੱਤਰ ਉਹ ਜ਼ਿੰਦਗੀ 'ਚ ਪਹਿਲੀ ਵਾਰੀ ਵੇਖ ਰਿਹਾ ਸੀ। ਉਹਨੇ ਇੱਕ ਇੱਕ ਕਰਕੇ ਸਾਰੇ ਚਿੱਤਰ ਵੇਖੇ, ਫਿਰ ਦੋਵੇਂ ਜਣੇ ਜਾ ਕੇ ਬੈਠਕ 'ਚ ਬੈਠ ਗਏ। ਉਹ ਦੁਕਾਨ ਵਾਲਾ ਤੈਨੂੰ ਕੰਮ ਦੀ ਕਿੰਨੀ ਕੁ ਤਨਖਾਹ ਦੇ ਦਿੰਦਾ? ਅਨੂਪ ਸੋਢੀ ਨੇ ਪੁੱਛਿਆ। ਕੁਛ ਵੀ ਨਹੀਂ, ਅਨੂਪ ਸੋਢੀ ਨੇ ਸਮਝਾਇਆ। ਵੇਖ ਮਹਿੰਦਰ, ਉਹ ਦੁਕਾਨ ਵਾਲਾ ਤਾਂ ਫੱਟੇ ਰੰਗਣ ਵਾਲਾ ਪੇਂਟਰ ਹੈ, ਉਹਨੂੰ ਤਸਵੀਰਾਂ ਬਣਾਉਣੀਆਂ ਨਹੀਂ ਆਉਂਦੀਆਂ। ਪਰ ਮੈਂ ਸਿੱਖਣੀਆਂ ਨੇ ਤਸਵੀਰਾਂ ਬਣਾਉਣੀਆਂ। ਅਨੂਪ ਉਹਦਾ ਹੱਠ ਵੇਖ ਕੇ ਮੁਸਕਰਾਇਆ। ਫਿਰ ਮੈਂ ਦੱਸਦਾ ਕਿ ਤੂੰ ਕੀ ਕਰੇ। ਤੂੰ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ, ਉਸ ਤੋਂ ਪਿੱਛੋਂ ਤੂੰ ਲਾਹੌਰ ਚਲਾ ਜਾਈਂ। ਉੱਥੇ ਮਾਲ ਰੋਡ 'ਤੇ ਇੱਕ ਸਕੂਲ ਹੈ, ਤੂੰ ਸਕੂਲ 'ਚ ਦਾਖਲ ਹੋ ਜਾਈਂ। ਉੱਥੇ ਪੇਂਟਿੰਗ ਦੀ ਪੜ੍ਹਾਈ ਹੁੰਦੀ ਹੈ। ਉਹ ਤੈਨੂੰ ਤਸਵੀਰ ਵਾਹੁਣੀਆਂ ਵੀ ਸਿਖਾਉਣਗੇ ਅਤੇ ਹੋਰ ਵੀ ਬੜਾ ਕੁਝ ਦੱਸਣਗੇ। ਮੈਂ ਇੱਕ ਇਹੋ ਜਿਹੇ ਸਕੂਲ ਵਿੱਚ ਹੀ ਪੜ੍ਹਦਾ, ਪਰ ਉਹ ਸਕੂਲ ਦੂਰ ਹੈ ਬੰਬਈ 'ਚ, ਤੈਨੂੰ ਲਾਹੌਰ ਵਾਲਾ ਲਾਗੇ ਪਊ। ਅਤੇ ਮੈਂ ਉਹ ਸਕੂਲ ਲੱਭੂੰ ਕਿਸ ਤਰ੍ਹਾਂ? ਜ਼ਰੂਰ ਲੱਭੋ, ਅਨੂਪ ਸੋਢੀ ਹੱਸਿਆ। ਉੱਥੇ ਮਾਲ ਰੋਡ ਉੱਤੇ ਜਿੱਥੇ ਵੀ ਤੈਨੂੰ ਡਾਟਾਂ ਵਾਲੇ ਬੂਹੇ ਦਿਸਣ, ਸਮਝ ਲਈ ਉਹ ਸਕੂਲ ਹੈ। ਅਨੂਪ ਸੋਢੀ ਦੇ ਘਰੋਂ ਆ ਕੇ ਮੁੜ ਬੰਦ ਦੁਕਾਨ ਦੇ ਫੱਟੇ 'ਤੇ ਬੈਠ ਗਿਆ। ਉਹ ਕੁਝ ਚਿਰ ਸੋਚੀ ਪਿਆ ਰਿਹਾ, ਫਿਰ ਸੰਖੇਪ ਸਮਾਨ ਵਾਲਾ ਝੋਲਾ ਚੁੱਕ ਕੇ ਤਾਂਗਿਆਂ ਦੇ ਅੱਡੇ ਵੱਲ ਤੁਰ ਪਿਆ। ਲਾਇਲਪੁਰ ਤੋਂ ਤਾਂਗੇ ਦਾ ਭਾੜਾ ਪੂਰਾ ਇੱਕ ਆਨਾ ਸੀ। ਤਾਂਗੇ ਵਾਲੇ ਨੂੰ ਆਨਾ ਦੇ ਕੇ ਮਹਿੰਦਰ ਤਾਂਗੇ 'ਚ ਬੈਠ ਗਿਆ। ਜਿੱਥੋਂ ਪੱਕੀ ਸੜਕ ਮੁੱਕ ਜਾਂਦੀ ਸੀ, ਤਾਂਗਾ ਬਸ ਉੱਥੋਂ ਤੱਕ ਹੀ ਸੀ। ਉਹ ਤੋਂ ਅੱਗੇ 32 ਚੱਕ ਤੱਕ ਚਾਰ ਕੋਹ ਦਾ ਕੱਚਾ ਰਾਹ ਸੀ, ਉਹ ਪੈਂਡਾ ਮਹਿੰਦਰ ਨੇ ਤੁਰ ਕੇ ਹੀ ਪੂਰਾ ਕਰਨਾ ਸੀ। ਘੋੜੇ ਦੀਆਂ ਟਾਪਾਂ ਦੀ ਆਵਾਜ਼ ਲਗਾਤਾਰ ਆਉਣ ਲੱਗ ਪਈ। ਘੋੜਾ ਉਹਦੇ ਭਵਿੱਖ ਵੱਲ ਤੁਰ ਰਿਹਾ ਸੀ। ਵਕਤ ਆਪਣਾ ਪੈਂਡਾ ਤੈਅ ਕਰਨ ਵੱਲ ਮਸਰੂਫ ਸੀ। ਮਹਿੰਦਰ ਉਦੋਂ ਕੁਝ ਵੀ ਹੋਰ ਨਹੀਂ ਸੀ ਵੇਖ ਰਿਹਾ, ਬਸ ਆਪਣੇ ਭਵਿੱਖ ਦੇ ਡਾਟਾਂ ਵਾਲੇ ਬੂਹੇ ਵੇਖ ਰਿਹਾ ਸੀ। ਤਾਂਗੇ ਅੱਗੇ ਜੁੱਪੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਨਿਰੰਤਰ ਆ ਰਹੀ ਸੀ। ਮਹਿੰਦਰ ਨੇ ਅੱਖਾਂ ਮੀਟ ਲਈਆਂ, ਜ਼ਿੰਦਗੀ ਅੱਖਾਂ ਖੋਲ੍ਹ ਰਹੀ ਸੀ। ਅੰਗ 5 ਮਹਿੰਦਰ ਦੀ ਤਸਵੀਰਾਂ ਬਣਾਉਣੀਆਂ ਸਿੱਖਣ ਦੀ ਮੁਹਿੰਮ ਢਹਿ ਢੇਰੀ ਹੋ ਗਈ ਸੀ। ਛੁੱਟੀਆਂ ਮੁੱਕੀਆਂ, ਉਹਨੇ ਮੁੜ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਨਾਰ ਸਿੰਘ ਨੂੰ ਵੀ ਮਹਿੰਦਰ ਦੇ 10ਵੀਂ ਤੱਕ ਦੀ ਪੜ੍ਹਾਈ ਪੂਰੀ ਕਰਨ ਦੇ ਮਹੱਤਵ ਦੀ ਸਮਝ ਪੈ ਗਈ। ਜਿੰਨੀ ਕੁ ਵਾਹ ਲੱਗਦੀ, ਉਹ ਮਹਿੰਦਰ ਨੂੰ ਘਰ ਦੇ ਕੰਮਾਂ ਤੋਂ ਪਰੰਪਰਾ ਹੀ ਰੱਖਣ ਲੱਗ ਪਿਆ। ਉਹ ਚਾਹੁੰਦਾ ਸੀ ਮਹਿੰਦਰ ਪੜ੍ਹਾਈ ਵੱਲ ਪੂਰਾ ਧਿਆਨ ਦੇਵੇ। ਇੱਕ ਸ਼ਾਮ ਨਾਰ ਸਿੰਘ ਨੇ ਆਪਣਾ ਸਾਈਕਲ ਮਲਮਲ ਕੇ ਧੋਤਾ, ਫਿਰ ਪੁੱਠਾ ਖੜ੍ਹਾ ਕਰਤਾ। ਜਦੋਂ ਪਾਣੀ ਨੁੱਛੜ ਗਿਆ ਤਾਂ ਉਹਨੇ ਮਿੱਟੀ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਰਲਾਇਆ, ਸਾਈਕਲ ਦੇ ਘੁੰਮਣ ਵਾਲੇ ਪੁਰਜਿਆਂ ਨੂੰ ਲਾਉਣ ਲੱਗ ਪਿਆ। ਵਿਹਲਾ ਹੋ ਕੇ ਉਹਨੇ ਕਾਪੀ ਚੁੱਕੀ ਅਤੇ ਵਿਹੜੇ ਦੀ ਨਵੇਕਲੀ ਨੁੱਕਰੇ ਜਾ ਕੇ ਲਿਖਣ 'ਚ ਰੁੱਝ ਗਿਆ। ਮਹਿੰਦਰ ਅਤੇ ਅੰਬੋ ਜਾਣਦੇ ਸਨ, ਭਲਕੇ ਬਾਪੂ ਨੇ ਲਾਇਲਪੁਰ ਜਾਣਾ ਸੀ। ਦੋਵੇਂ ਝਿਜਕਦੇ ਹੋਏ ਨਾਰ ਸਿੰਘ ਕੋਲ ਪਹੁੰਚ ਗਏ। ਮਹਿੰਦਰ ਨੇ ਪੁੱਛਿਆ, ਬਾਪੂ ਜੀ ਅੱਜ ਕੱਲ੍ਹ ਇਹ ਕੀ ਲਿਖਦੇ ਰਹਿੰਦੇ ਹੋ? ਕਹਾਣੀ? ਕਹਾਣੀ ਮਤਲਬ ਬਾਤ? ਹਾਂ, ਬਾਤ। ਇੰਨਾ ਲਿਖਿਆ ਤਾਂ ਫਿਰ ਇਹ ਕਿਤਾਬ ਹੀ ਬਣ ਜਾਊ? ਹਾਂ, ਇਹ ਕਿਤਾਬ ਬਣ ਜਾਊ, ਜਦ ਤੂੰ ਵੱਡਾ ਹੋਏਗਾ ਤਾਂ ਇਹ ਕਿਤਾਬ ਛਪਾ ਦੇ। ਹਾਂ, ਛਪਵਾ ਦੂੰ, ਗੱਲ ਕਹਿ ਕੇ ਮਹਿੰਦਰ ਉੱਥੇ ਖਲੋਤਾ ਰਿਹਾ। ਹੁਣ ਕੀ ਹੈ? ਬਾਪੂ ਜੀ ਵੀਰ ਆਉਂਦਾ ਹੈ, ਡੱਡੀਆਂ ਮੱਛੀਆਂ ਲੈਣੀਆਂ ਨੇ। ਅੰਬੋ ਨੇ ਗੱਲ ਕਰਨ ਦੀ ਵਾਰੀ ਲੈ ਲਈ। ਭਲਕੇ ਮੈਂ ਸ਼ਹਿਰ ਜਾਣਾ, ਤੇਰੇ ਵੀਰ ਲਈ ਮਿੱਠੀਆਂ ਗੋਲੀਆਂ ਲੈਂਦਾ ਹੂੰ, ਠੀਕ ਹੈ?
ਨਾਰ ਸਿੰਘ ਦੀਆਂ ਅੱਖਾਂ 'ਚ ਸ਼ਰਾਰਤ ਚਮਕੀ। ਮਹਿੰਦਰ ਵਾਪਸ ਜਾਣ ਲਈ ਮੁੜ ਪਿਆ। ਅੰਬੋ ਉੱਥੇ ਖਲੋਤੀ ਰਹੀ। ਹੁਣ ਕੀ ਹੈ? ਮੇਰੇ ਲਈ ਵੀ ਡੱਡੀਆਂ ਮੱਛੀਆਂ, ਅੰਬੋ ਸੰਗਦੀ ਬੋਲੀ। ਨਾਰ ਸਿੰਘ ਠਾਕਾ ਮਾਰ ਕੇ ਹੱਸਿਆ। ਦਿਨ ਸਹਿਜ ਬੀਤ ਰਹੇ ਸਨ। ਭਲੇ ਦਿਨੀ ਅੰਗਰੇਜ਼ ਸਰਕਾਰ ਬੇਲਾ ਸਿੰਘ ਉੱਤੇ ਮਿਹਰਬਾਨ ਹੋ ਗਈ। ਉਹਨਾਂ ਵਡੇਰੀ ਉਮਰ ਵਾਲੇ ਕੁਝ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਉਹ ਡੰਗੋਰੀ ਟੇਕ ਦੇ ਘਰਾਂ ਨੂੰ ਤੁਰ ਪਏ। ਸੇਵਾ ਸਿੰਘ ਅਤੇ ਕਰਨੈਲ ਸਿੰਘ ਦੇ ਭਾਗਾਂ 'ਚ ਰਿਹਾਈ ਨਹੀਂ ਸੀ। ਸੇਵਾ ਸਿੰਘ ਦਾ ਕਾਲੇ ਪਾਣੀ ਦੀ ਜੇਲ੍ਹ 'ਚ ਦੇਹਾਂਤ ਹੋ ਗਿਆ। ਕਰਨੈਲ ਸਿੰਘ ਮੁਲਤਾਨ ਜੇਲ੍ਹ ਦੀ ਕੈਦ ਕੋਠੜੀ 'ਚ ਰਿਹਾਈ ਉਡੀਕਦਾ ਬੀਤਦਾ ਰਿਹਾ। ਬੇਲਾ ਸਿੰਘ ਦੀ ਸਿਹਤ ਉਸ ਵੇਲੇ ਨਾਕਸ ਸੀ। ਰਿਹਾਈ ਤੋਂ ਛੇਤੀ ਪਿੱਛੋਂ ਹੀ ਉਹ ਜਹਾਨ ਫਾਨੀ ਤੋਂ ਕੂਚ ਕਰ ਗਿਆ। ਘਰ ਵਾਲੇ ਦੇ ਗੁਜ਼ਰ ਜਾਣ ਦੇ ਸਦਮੇ ਨੇ ਸਵਰਨ ਕੌਰ ਦੀ ਉਮਰ ਸਾਵੇਂ ਵੀ ਵਿਰਾਮ ਲਾ ਦਿੱਤਾ। ਜ਼ਿੰਦਗੀ ਆਪਣੀਆਂ ਬੁਣਤੀਆਂ ਬੁਣਦੀ ਰਹੀ। ਅੰਗ 6 ਆਖਿਰਕਾਰ ਬੇੜਾ ਬੰਨੇ ਲੱਗਿਆ। ਮਹਿੰਦਰ ਨੇ 10ਵੀਂ ਪਾਸ ਕਰ ਲਈ। ਨਾਰ ਸਿੰਘ ਨੇ ਆਖਿਆ, ਮਹਿੰਦਰ ਪੁੱਤਰਾ, ਮੈਂ ਸੋਚਦਾ ਅਗਲੇ ਹਫ਼ਤੇ ਤੈਨੂੰ ਲਾਹੌਰ ਜਾਣ ਵਾਲੀ ਗੱਡੀ 'ਚ ਬਿਠਾ ਆਵਾਂ, ਤੂੰ ਆਪਣੀ ਤਿਆਰੀ ਕਰ ਲਾ। ਜੀ ਬਾਪੂ ਜੀ। ਮਿੱਥੇ ਹੋਏ ਦਿਨ ਨਾਰ ਸਿੰਘ ਨੇ ਮਹਿੰਦਰ ਦਾ ਸਮਾਨ ਸਾਈਕਲ ਦੀ ਪਿਛਲੀ ਕਾਠੀ 'ਤੇ ਰੱਸੀ ਨਾਲ ਬੰਨ੍ਹ ਦਿੱਤਾ। ਸਾਈਕਲ ਦੇ ਡੰਡੇ 'ਤੇ ਕੱਪੜਾ ਬਲੇਟ ਕੇ ਉਹਨੇ ਮਹਿੰਦਰ ਦੇ ਬੈਠਣ ਲਈ ਗੱਦੀ ਬਣਾ ਦਿੱਤੀ। ਸਾਈਕਲ 'ਤੇ ਚੜ੍ਹ ਕੇ ਨਾਰ ਸਿੰਘ ਨੇ ਇੱਕ ਪੈਰ ਜ਼ਮੀਨ 'ਤੇ ਲਾ ਲਿਆ। ਮਹਿੰਦਰ ਡੰਡੇ ਵਾਲੀ ਗੱਦੀ 'ਤੇ ਬੈਠ ਗਿਆ। ਅੰਬੋ ਨੇ ਦੇਸੀ ਘਿਓ ਵਾਲੀ ਪੀਪੀ ਜ਼ਮੀਨ ਤੋਂ ਚੁੱਕੀ, ਮਹਿੰਦਰ ਨੂੰ ਫੜਾ ਦਿੱਤੀ। ਵੀਰ, ਪੀਪੀ ਸੰਭਾਲ ਕੇ ਫੜੀ, ਘਿਓ ਡੁੱਲੇ ਨਾ। ਸਾਈਕਲ ਕੱਚੇ ਰਾਹ 'ਤੇ ਤੁਰ ਪਿਆ। ਅੰਬੋ ਬਰੂਹਾਂ 'ਚ ਖਲੋਤੀ ਉੱਡਦੀ ਧੂੜ ਵੇਖਦੀ ਰਹੀ। ਲਾਇਲਪੁਰ ਪਹੁੰਚ ਕੇ ਉਹ ਸਿੱਧੇ ਰੇਲਵੇ ਸਟੇਸ਼ਨ 'ਤੇ ਚਲੇ ਗਏ। ਨਾਰ ਸਿੰਘ ਨੇ ਲਾਹੌਰ ਜਾਣ ਵਾਲੀ ਗੱਡੀ ਦਾ ਪਤਾ ਕੀਤਾ। ਮਹਿੰਦਰ ਲਈ ਲਾਹੌਰ ਦੀ ਇੱਕ ਟਿਕਟ ਖਰੀਦ ਲਈ। ਨਾਰ ਸਿੰਘ ਨੇ ਉਹਨੂੰ ਗੱਡੀ 'ਚ ਬਿਠਾ ਦਿੱਤਾ ਅਤੇ 20 ਰੁਪਏ ਜੇਬ 'ਚ ਪਾ ਦਿੱਤੇ। ਉਸ ਸਮਝਾਇਆ, ਮਹਿੰਦਰ ਪੁੱਤਰ, ਪੈਸੇ ਸੰਭਾਲ ਕੇ ਰੱਖੀ, ਅੱਜ ਕੱਲ੍ਹ ਜ਼ਮਾਨਾ ਖਰਾਬ ਹੈ। ਜੀ ਬਾਪੂ ਜੀ। ਲਾਹੌਰ ਜਾ ਕੇ ਸਕੂਲ ਆਪੇ ਲੱਭ ਲਈ। ਜੀ ਬਾਪੂ ਜੀ। ਨਾਰ ਸਿੰਘ ਨੇ ਸਮਾਨ ਉਤਲੇ ਫੱਟੇ 'ਤੇ ਟਿਕਾ ਦਿੱਤਾ। ਗੱਡੀ ਚੱਲਣ 'ਚ ਅਜੇ ਕੁਝ ਸਮਾਂ ਬਾਕੀ ਸੀ। ਉਹ ਮਹਿੰਦਰ ਦੇ ਕੋਲ ਹੀ ਬੈਠ ਗਿਆ। ਉਹਨੇ ਜੇਬ 'ਚੋਂ ਇੱਕ ਮਟਮੈਲਾ ਜਿਹਾ ਕਾਗਜ਼ ਕੱਢਿਆ, ਮਹਿੰਦਰ ਨੂੰ ਫੜਾ ਦਿੱਤਾ। ਇਹ ਸੁੱਚਾ ਸਿੰਘ ਹੋਰਾਂ ਦਾ ਸਿਰਨਾਮਾ ਹੈ, ਤੂੰ ਉਹਨਾਂ ਨੂੰ ਮਿਲਣ ਜਾਈਂ ਅਤੇ ਤਾਇਆ ਜੀ ਕਹਿ ਕੇ ਬੁਲਾਈ। ਤਾਇਆ ਜੀ? ਹਾਂ, ਦਰਅਸਲ ਉਹਨਾਂ ਦਾ ਪਿੱਛਾ ਆਪਣੇ ਪਿੰਡਾਂ ਵੱਲ ਦਾ ਹੈ। ਉਹ ਆਪਾਂ ਨੂੰ ਸਕਿਆਂ ਵਾਂਗੂ ਹੀ ਮਿਲਦੇ ਨੇ। ਬਗਾਨੀ ਸ਼ਹਿਰ 'ਚ ਤੈਨੂੰ ਉਹਨਾਂ ਦਾ ਬੜਾ ਆਸਰਾ ਹੋਊ। ਮਹਿੰਦਰ ਨੇ ਉਹ ਕਾਗਜ਼ ਜੇਬ 'ਚ ਪਾ ਲਿਆ। ਇੰਜਣ ਨੇ ਲੰਮੀ ਚੀਕ ਮਾਰੀ। ਨਾਰ ਸਿੰਘ ਗੱਡੀ 'ਚੋਂ ਉਤਰ ਗਿਆ, ਆ ਕੇ ਖਿੜਕੀ ਕੋਲ ਖਲੋ ਗਿਆ। ਉਹਨੇ ਲਾਹੌਰ ਨਹੀਂ ਸੀ ਵੇਖਿਆ ਹੋਇਆ, ਨਹੀਂ ਤਾਂ ਆਪਣੇ ਲਾਡਲੇ ਨੂੰ ਲਾਹੌਰ ਸ਼ਹਿਰ ਬਾਰੇ ਬੜਾ ਕੁਝ ਦੱਸਦਾ। ਉਸ ਇੰਨਾ ਹੀ ਆਖਿਆ, ਉੱਥੇ ਜਾ ਕੇ ਧਿਆਨ ਨਾਲ ਰਵੀਂ, ਰੋਟੀ ਖਾਣ ਲੱਗਾ, ਦਾਲ ਸਬਜ਼ੀ 'ਚ ਘਿਓ ਪਾ ਲਿਆ ਕਰੀ। ਗੱਡੀ ਹੌਲੀ ਹੌਲੀ ਅਗਾਂਹ ਸਰਕੀ। ਨਾਰ ਸਿੰਘ ਨਾਲ ਨਾਲ ਤੁਰ ਪਿਆ। ਗੱਡੀ ਕੁਝ ਤੇਜ਼ ਹੋਈ ਤਾਂ ਉਸ ਕਾਹਲੀ ਨਾਲ ਆਖਿਆ, ਖਿੜਕੀ 'ਚੋਂ ਬਾਹਰ ਨਾ ਝਾਕੀ, ਅੱਖਾਂ 'ਚ ਕੋਲਾ ਪੈ ਜੂ। ਗੱਡੀ ਛੁੱਕ ਛੁੱਕ ਕਰਦੀ ਅਗਾਂਹ ਦੌੜ ਰਹੀ ਸੀ। ਰੁੱਖ ਉਸੇ ਗਤੀ ਨਾਲ ਪਿਛਾਂ ਨੱਸ ਰਹੇ ਸਨ। ਮਹਿੰਦਰ ਮੇਲੇ 'ਚ ਗੁਆਚੇ ਹੋਏ ਨਿਆਣੇ ਵਾਂਗ ਕੁਛ ਕੁਛ ਸਹਿਮਿਆ ਹੋਇਆ ਸੀ। ਉਹਦੇ ਕੋਲ ਲਾਹੌਰ ਦੀ ਕਲਪਨਾ ਸੀ। ਉਹ ਕਲਪਨਾ ਅਲਫ ਲੈਲਾ ਦੀਆਂ ਪਰੀ ਕਹਾਣੀਆਂ ਦੇ ਕਿਸੇ ਸ਼ਹਿਰ ਵਰਗੀ ਸੀ। ਉਸ ਸ਼ਹਿਰ ਵਿੱਚ ਦਿਓ ਫਿਰਿਆ ਹੋਇਆ ਸੀ। ਉਸ ਸੁੰਨਸਾਨ ਸ਼ਹਿਰ 'ਚ ਉਹਨੇ ਆਪਣਾ ਰਾਹ ਆਪੇ ਲੱਭਣਾ ਸੀ। ਉਸ ਨਿੱਕੇ ਸਫ਼ਰ ਦੀ ਤਾਂਘ ਬਹੁਤ ਲੰਮੀ ਸੀ। ਬਾਹਰ ਫੈਲੀ ਹੋਈ ਸ਼ਾਮ ਰਾਤ ਹੋ ਗਈ। ਉਹ ਦਿਨ ਭਰ ਦਾ ਥੱਕਿਆ ਹੋਇਆ ਸੀ, ਗੂੜ ਨੀਂਦ ਵਿੱਚ ਲੈ ਗਿਆ। ਗੱਡੀ ਲਾਹੌਰ ਪਹੁੰਚੀ ਤਾਂ ਧੁੱਪ ਨਿਕਲੀ ਹੋਈ ਸੀ। ਮਹਿੰਦਰ ਨੇ ਡੈਂਬਰੇ ਹੋਏ ਬਾਲ ਵਾਂਗੂ ਸ਼ਹਿਰ ਵੱਲ ਵੇਖਿਆ। ਲਾਹੌਰ ਉਹਦੀ ਕਲਪਨਾ ਵਰਗਾ ਨਹੀਂ ਸੀ। ਲਾਹੌਰ ਰੌਣਕੀਲਾ ਅਤੇ ਜਿਉਂਦਾ ਸ਼ਹਿਰ ਸੀ। ਮਹਿੰਦਰ ਨੇ ਸਮਾਨ ਚੁੱਕਿਆ, ਸਟੇਸ਼ਨ ਤੋਂ ਬਾਹਰ ਆ ਗਿਆ। ਕਿੱਥੇ ਜਾਣਾ ਹੈ ਕਿ ਤਾਂਗੇ ਵਾਲੇ ਨੇ ਪੁੱਛਿਆ।
ਮਹਿੰਦਰ ਨੇ 3 ਸਾਲ ਪਹਿਲਾਂ ਅਨੂਪ ਸੋਢੀ ਨਾਲ ਹੋਈ ਮੁਲਾਕਾਤ ਚੇਤੇ ਕੀਤੀ। ਉਹਨੇ ਟਾਂਗੇ ਵਾਲੇ ਨੂੰ ਕਿਹਾ, ਮੈਂ ਮਾਲ ਰੋਡ 'ਤੇ ਜਾਣਾ। ਟਾਂਗੇ ਵਾਲਾ ਹੱਸਿਆ, ਮਾਲ ਰੋਡ ਤਾਂ ਬੜੀ ਲੰਮੀ ਹੈ, ਜੇ ਉਰਾਂ ਉਤਰਨਾ ਹੋਇਆ ਤਾਂ ਭਾੜਾ ਘੱਟ ਹੋਊ, ਜੇ ਪਰਾਂ ਉਤਰਨਾ ਹੋਇਆ ਤਾਂ ਜ਼ਿਆਦਾ। ਮਹਿੰਦਰ ਨੇ ਚੇਤੇ ਨੂੰ ਹੰਘਾਲਿਆ। ਅਨੂਪ ਸੋਢੀ ਨੇ ਸਕੂਲ ਬਾਰੇ ਕੁਛ ਹੋਰ ਵੀ ਦੱਸਿਆ ਸੀ। ਉਹ ਨਿਸ਼ਾਨੀ ਮਹਿੰਦਰ ਨੂੰ ਚੇਤੇ ਆ ਗਈ। ਉਸ ਆਖਿਆ, ਮੈਂ ਉੱਥੇ ਜਾਣਾ ਜਿੱਥੇ ਡਾਟਾਂ ਵਾਲੇ ਬੂਹੇ ਨੇ। ਟਾਂਗੇ ਵਾਲੇ ਦਾ ਸਵਾਰੀਆਂ ਨੂੰ ਮਾਲ ਰੋਡ ਵੱਲ ਢੋਣਾ ਨਿੱਤ ਦਾ ਕੰਮ ਸੀ। ਉਹਨੇ ਤੰਗ ਆਇਆ ਨੂੰ ਉੱਥੇ ਜਾ ਖਿਲਾਰਿਆ ਜਿੱਥੇ ਡਾਟਾਂ ਵਾਲੇ ਬੂਹੇ ਸਨ। ਮਹਿੰਦਰ ਨੇ ਟਾਂਗੇ ਵਾਲੇ ਨੂੰ ਭਾੜਾ ਦਿੱਤਾ, ਸਮਾਨ ਚੁੱਕ ਕੇ ਸਕੂਲ 'ਚ ਜਾ ਵੜਿਆ। ਕਿਹੜੀ ਜਮਾਤ 'ਚ ਦਾਖਲ ਹੋਣਾ ਹੀ? ਕਲਰਕ ਨੇ ਪੁੱਛਿਆ। ਜਮਾਤ? ਮਹਿੰਦਰ ਉਲਝਣ 'ਚ ਪੈ ਗਿਆ। ਉਹ ਤਾਂ ਮੂਰਤਾਂ ਬਣਾਉਣੀਆਂ ਸਿੱਖਣ ਆਇਆ ਸੀ ਅਤੇ ਕਲਰਕ ਜਮਾਤ ਦੀ ਗੱਲ ਕਰਦਾ ਸੀ। ਉਸ ਆਖਿਆ, ਮੈਂ ਤਾਂ 10ਵੀਂ ਜਮਾਤ ਪਾਸ ਕੀਤੀ ਹੋਈ ਹੈ। ਦੂਰ ਦੁਰਾਡਿਓਂ ਆਏ ਸਿੱਖਿਆਰਥੀ ਅਗਿਆਨਤਾ ਬਸ ਅਕਸਰ ਇਹੋ ਜਿਹੀਆਂ ਗੱਲਾਂ ਕਰਦੇ ਸੀ। ਕਲਰਕ ਨੇ ਚਪੜਾਸੀ ਨੂੰ ਬੁਲਾ ਕੇ ਆਖਿਆ, ਪਹਿਲਾਂ ਇਸ ਮੁੰਡੇ ਨੂੰ ਸਾਰੀਆਂ ਜਮਾਤਾਂ ਵਿਖਾ ਕੇ ਲਿਆ। ਮਹਿੰਦਰ ਨੇ ਆਪਣਾ ਸਾਰਾ ਸਮਾਨ ਉੱਥੇ ਕਲਰਕ ਕੋਲ ਰੱਖ ਦਿੱਤਾ ਅਤੇ ਚਪੜਾਸੀ ਦੇ ਨਾਲ ਤੁਰ ਪਿਆ। ਚਪੜਾਸੀ ਮਹਿੰਦਰ ਨੂੰ ਵਾਰੋ ਵਾਰੀ ਕਈ ਕਮਰਿਆਂ 'ਚ ਲੈ ਗਿਆ। ਉਹ ਮਹਿੰਦਰ ਨੂੰ ਆਪਣੇ ਗਿਆਨ ਅਨੁਸਾਰ ਸਮਝਾਉਂਦਾ ਵੀ ਰਿਹਾ ਕਿ ਉਹਦੇ ਲਈ ਕਿਹੜਾ ਕੰਮ ਸਿੱਖਣਾ ਠੀਕ ਰਹੂ। ਉਸ ਸਕੂਲ 'ਚ ਕਈ ਤਰ੍ਹਾਂ ਦੇ ਕੰਮ ਸਿਖਾਏ ਜਾਂਦੇ ਸੀ। ਕਮਰੇ 'ਚ ਉਹਨੇ ਤਰਖਾਣੇ ਕੰਮ ਦੀ ਵਰਤੋਂ ਦੀ ਸੰਦ ਪਏ ਵੇਖੇ। ਇੱਕ ਹੋਰ ਕਮਰੇ 'ਚ ਬਿਜਲੀ ਦੀਆਂ ਤਾਰਾਂ ਦੇ ਸਵਿੱਚ ਬੋਰਡ ਵਗੈਰਾ ਪਏ ਵੇਖੇ। ਇੱਕ ਕਮਰੇ 'ਚ ਲੁਹਾਰੇ ਕੰਮ ਦੀ ਸਿਖਲਾਈ ਦਾ ਪ੍ਰਬੰਧ ਸੀ। ਤੇਰੇ ਲਈ ਲੁਹਾਰਾ ਕੰਮ ਠੀਕ ਰਹੂ, ਚਪੜਾਸੀ ਨੇ ਸਲਾਹ ਦਿੱਤੀ। ਅਤੇ ਜਾਂ ਫਿਰ ਮਹਿੰਦਰ ਨੇ ਬੇਧਿਆਨੀ 'ਚ ਹੁੰਗਾਰਾ ਭਰਿਆ। ਚਪੜਾਸੀ ਦੇ ਜਵਾਬ ਤੋਂ ਪਹਿਲਾਂ ਮਹਿੰਦਰ ਨੇ ਇੱਕ ਕਮਰੇ 'ਚ ਰੰਗ ਅਤੇ ਬੁਰਸ਼ ਖਿਲਰੇ ਵੇਖੇ। ਉੱਥੇ ਕੁਝ ਖਾਲੀ ਕੈਨਵਸ ਅਤੇ ਕੁਛ ਅਧੂਰੀਆਂ ਪੂਰੀਆਂ ਤਸਵੀਰਾਂ ਵੀ ਪਈਆਂ ਸੀ। ਉਹਨੇ ਚਪੜਾਸੀ ਨੂੰ ਹੱਥ ਫੜ ਕੇ ਉੱਥੇ ਹੀ ਰੋਕ ਲਿਆ, ਮੈਂ ਇੱਥੇ ਹੀ ਪੜ੍ਹਨਾ। ਉੱਥੋਂ ਹੀ ਵਾਪਸ ਮੁੜ ਪਏ। ਚਪੜਾਸੀ ਨੇ ਮਹਿੰਦਰ ਦਾ ਫੈਸਲਾ ਸੁਣਾਇਆ। ਕਲਰਕ ਨੇ ਉਹਨੂੰ ਐਨਕਾਂ ਦੇ ਉੱਤੋਂ ਦੀ ਘੂਰਿਆ। ਉਹਨੇ ਬੇਯਕੀਨੀ 'ਚ ਪੁੱਛਿਆ, ਕਾਕਾ ਤੂੰ ਚੰਗੀ ਤਰ੍ਹਾਂ ਸੋਚ ਲਿਆ ਹੈ ਨਾ? ਹਾਂਜੀ। ਕਾਕਾ ਮੇਰਾ ਤਾਂ ਤੈਨੂੰ ਸਮਝਾਉਣਾ ਫਰਜ਼ ਸੀ, ਅੱਗੇ ਜਿਵੇਂ ਤੇਰੀ ਮਰਜ਼ੀ। ਕਲਰਕ ਨੇ ਦਾਖਲਾ ਫਾਰਮ ਮਹਿੰਦਰ ਵੱਲ ਕੀਤਾ। ਲੈ ਫਾਰਮ ਭਰ ਦੇ, ਵੈਸੇ ਤੂੰ ਮੂਰਤਾਂ ਬਣਾ ਤਾਂ ਲਏਂਗਾ ਨਾ? ਹਾਂਜੀ, ਮੈਂ ਤਾਂ ਪਹਿਲਾਂ ਵੀ ਕਈ ਤਸਵੀਰਾਂ ਬਣਾਈਆਂ ਨੇ। ਤਾਂ ਠੀਕ ਹੈ ਫਿਰ। ਉਹ ਇੱਕ ਛਿਣ ਚੁੱਪ ਰਿਹਾ ਅਤੇ ਫਿਰ ਬੋਲਿਆ, ਲਿਆ ਫਾਰਮ ਇੱਧਰ ਕਰ, ਪਤਾ ਨਹੀਂ ਤੇਰੇ ਕੋਲੋਂ ਭਰਿਆ ਵੀ ਜਾਣਾ ਕਿ ਨਹੀਂ। ਮਹਿੰਦਰ ਦੇ ਹੱਥੋਂ ਫਾਰਮ ਲੈ ਕੇ ਕਲਰਕ ਨੇ ਖੁਦ ਹੀ ਭਰ ਦਿੱਤਾ, ਫੀਸ ਜਮ੍ਹਾਂ ਕਰ ਲਈ। ਇਹਨੂੰ ਬੋਰਡਿੰਗ 'ਚ ਛੱਡਿਆ, ਕਲਰਕ ਨੇ ਚਪੜਾਸੀ ਨੂੰ ਆਖਿਆ। ਮਹਿੰਦਰ ਨੇ ਮੋਢੇ 'ਤੇ ਬਿਸਤਰਾ ਰੱਖਿਆ, ਸੱਜੇ ਹੱਥ ਨਾਲ ਬਿਸਤਰਾ ਸੰਭਾਲਦਿਆਂ ਉਹਨੇ ਕੁਝ ਝੁੱਕ ਕੇ ਖੱਬੇ ਹੱਥ ਨਾਲ ਟਰੰਕੀ ਚੁੱਕ ਲਈ। ਘਿਓ ਵਾਲੀ ਪੀਪੀ ਟਰੰਕੀ ਦੇ ਨੇੜੇ ਪਈ ਸੀ, ਉਹਨੇ ਉਸੇ ਹੱਥ ਨਾਲ ਪੀਪੀ ਚੁੱਕਣ ਦਾ ਯਤਨ ਕੀਤਾ। ਪੀਪੀ ਮੈਂ ਚੁੱਕ ਲੈਣਾ ਵਾਂ, ਐਵੇਂ ਘਿਓ ਡੁੱਲ ਪਏਗਾ। ਚਪੜਾਸੀ ਮਦਦ ਲਈ ਬੌੜਿਆ, ਦੋਵੇਂ ਅੱਗੜ ਪਿੱਛੜ ਤੁਰ ਪਏ। ਹੋਸਟਲ ਇੱਕ ਖਸਤਾ ਹਾਲ ਇਮਾਰਤ ਵਿੱਚ ਸੀ। ਉੱਥੇ ਕੁਝ ਨਿੱਕੇ ਕਮਰੇ ਸਨ, ਕੁਝ ਵੱਡੇ। ਮਹਿੰਦਰ ਨੂੰ ਇੱਕ ਨਿੱਕੇ ਕਮਰੇ 'ਚ ਥਾਂ ਮਿਲ ਗਈ। ਉਸ ਕਮਰੇ 'ਚ ਇੱਕ ਹੋਰ ਮੰਜਾ ਵੀ ਸੀ, ਪਰ ਉਹ ਮੰਜਾ ਜਿਸ ਵਿਦਿਆਰਥੀ ਲਈ ਸੀ ਉਹ ਜੇ ਪਹੁੰਚਿਆ ਨਹੀਂ ਸੀ। ਸਮਾਨ ਥਾਂ ਸਿਰ ਟਿਕਾ ਕੇ ਮਹਿੰਦਰ ਨੇ ਟਰੰਕੀ ਖੋਲ੍ਹੀ। ਆਰਟ ਸਕੂਲ 'ਚ ਆਉਣ ਦੀ ਤਿਆਰੀ ਵਜੋਂ ਉਹਨੇ ਕੁਝ ਨਵੇਂ ਕੱਪੜੇ ਸਿਲਵਾਏ ਸੀ। ਉਹਨੇ ਇੱਕ ਪਜਾਮਾ ਕਮੀਜ਼ ਟਰੰਕੀ 'ਚੋਂ ਕੱਢ ਕੇ ਚੰਗੀ ਤਰ੍ਹਾਂ ਤਹਿ ਲਾਈ, ਸਿਰਹਾਣੇ ਵਾਲੇ ਪਾਸੇ ਤਲਾਈ ਹੇਠ ਰੱਖ ਦਿੱਤੀ। ਖਿੜਕੀ ਬੰਦ ਹੋਣ ਕਰਕੇ ਕਮਰੇ 'ਚ ਹਨੇਰਾ ਪ੍ਰਤੀਤ ਹੋ ਰਿਹਾ ਸੀ। ਹਵਾ ਖਲੋਤੀ ਹੋਈ ਸੀ। ਮਹਿੰਦਰ ਦੇ ਮੱਥੇ 'ਤੇ ਪਸੀਨਾ ਚੋਣ ਲੱਗ ਪਿਆ ਸੀ। ਉਹਨੇ ਉੱਠ ਕੇ ਖਿੜਕੀ ਖੋਲ੍ਹ ਦਿੱਤੀ। ਧੁੱਪ ਦੀ ਇੱਕ ਕਾਤਰ ਬਾਰੀ ਦੀਆਂ ਸੀਖਾਂ 'ਚੋਂ ਲੰਘ ਕੇ ਫਰਸ਼ 'ਤੇ ਲੇਟ ਗਈ। ਧੁੱਪ ਦਾ ਤਫਰੀਹੀ ਰੌਂ ਵੇਖ ਕੇ ਉਹਨੇ ਖਿੜਕੀ ਪੂਰੀ ਖੋਲ੍ਹ ਦਿੱਤੀ, ਜਿਵੇਂ ਕਿਸੇ ਧੁੱਪ ਦੀ ਪੂਣੀ ਖੋਲ੍ਹ ਕੇ ਫਰਸ਼ 'ਤੇ ਵਿਛਾ ਦਿੱਤੀ ਹੋਵੇ। ਧੁੱਪ ਦੇ ਕਾਗਜ਼ ਨੇ ਫਰਸ਼ ਨੂੰ ਢੱਕ ਦਿੱਤਾ। ਮਹਿੰਦਰ ਦਾ ਜੀ ਕੀਤਾ ਉਹ ਕਲਮ ਚੁੱਕੇ ਅਤੇ ਧੁੱਪ ਦੇ ਕਾਗਜ਼ ਉੱਤੇ ਤਸਵੀਰ ਬਣਾਉਣ ਲੱਗ ਪਵੇ। ਧੰਨਵਾਦ, ਚੱਲਦਾ।